सरदार करतार सिंह सराभा होना बारे ज़्यादातर लोग नहीं जानते, की तुहानू उन्हां दे बारे कुछ नॉलेज हैगी है? किस तरह कितनी उम्र के शहीद हो गए सी, किहड़ियां किहड़ियां कुरबानियां, कित्थों उन्होंने सिक्ख्या प्राप्त? जो साडे बच्चे अज देख रहे हैं आप 19 साल की उम्र किस लैवल से अब इंजॉय करते हैं अपनी लाइफ में, तो उन्होंने कुरबानी अपनी जी फांसी का जोड़ा फंदा से चुम लिया सरकार रही वो अपने जोड़े कौम के साथ देश के लिए जिन्होंने कुरबानियां दिखाई ने उन्होंने शहीदों को भुल चुके अपने देश प्यार की ज अपने कौम की एक भावना भरनी है तो उन्होंने अपने जोड़े शहीद ने उन्होंने इतिहास को जाणू कराना पड़ेगा। ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਇਹ ਚੀਜ਼ਾਂ ਯਾਦ ਹੈਗੀਆਂ, ਕਿ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਕਿ ਅੱਜ ਦੇ ਦਿਨ ਕੀ ਹੋਇਆ ਸੀ? ਕਿੰਨੇ ਕੁ ਬੱਚਿਆਂ ਨੂੰ ਪਤਾ ਹੋਊਗਾ ਜਾਂ ਨਹੀਂ ਪਤਾ ਹੋਊਗਾ? ਮੈਂ ਤਾਂ ਇਹੀ ਚਾਹੁੰਦਾ ਵੀ ਸਰਕਾਰ ਅੱਗੇ ਵੀ ਇਹ ਅਪੀਲ ਆ ਕਿ ਇਹ ਚੈਪਟਰ 1 ਹਾਸਲ ਕੀਤਾ ਜਾਵੇ ਸ਼ਹੀਦਾਂ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ। ਦੇਸ਼ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਾਈ ਲੜੀ ਅਤੇ ਹੱਸਦੇ ਹੱਸਦੇ ਦੇਸ਼ ਦੇ ਲਈ ਸ਼ਹੀਦ ਹੋ ਗਏ, ਤਾਂ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਹੈ, ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਦਾ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸਿਰਫ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ। ਅਤੇ ਜੇ ਅੱਜ ਦੀ ਗੱਲ ਕਰੀਏ ਤਾਂ 16 ਨਵੰਬਰ ਉਹਨਾਂ ਨੂੰ ਸ਼ਹੀਦੀ ਦਿਹਾੜਾ ਜਿਹੜਾ ਉਹਨਾਂ ਦਾ ਮਨਾਇਆ ਜਾਂਦਾ ਹੈ, ਤਾਂ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਸੀਗਾ ਕਿ ਸਰਕਾਰੀ ਦਫ਼ਤਰ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਹੈ, ਤਾਂ ਇਸ ਗੱਲ ਨੂੰ ਲੈ ਕੇ ਕਿੰਨੇ ਕੁ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣੂ ਨੇ ਕਿ ਅੱਜ ਕੀ ਵਜ੍ਹਾ ਸੀ, ਕਿਸ ਕਰਕੇ ਛੁੱਟੀ ਕੀਤੀ ਗਈ ਸੀ, ਕੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੱਜ ਦੇ ਦਿਨ ਸਰਦਾਰ ਕਰਤਾਰ ਸਿੰਘ ਸਰਾਭਾ ਜਿਹੜੇ ਨੇ ਸ਼ਹੀਦ ਹੋਏ ਸੀਗੇ? ਤਾਂ ਗੱਲਬਾਤ ਕਰ ਲੈਂਦੇ ਹਾਂ, ਸਾਡੇ ਨਾਲ ਕੁਝ ਬਾਈ ਹੋਣੀ ਮੌਜੂਦ ਨੇ। ਬਾਈ ਜੀ, 16 ਨਵੰਬਰ ਨੂੰ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ, ਕਿਸ ਤਰ੍ਹਾਂ ਦੇਖਦੇ ਹੋ, ਕਿੰਨੇ ਕੁ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੈਗੀ ਹੈ ਕਿ ਛੁੱਟੀ ਕਿਸ ਵਜ੍ਹਾ ਕਰਕੇ ਕੀਤੀ ਗਈ? ਦੇਖੋ, ਤੁਹਾਡੀ ਗੱਲ ਬਿਲਕੁਲ ਸਹੀ ਆ ਬਈ, ਲੋਕਾਂ ਨੂੰ ਇਸ ਦੀ ਚੀਜ਼ ਦਾ ਜਿਹੜਾ ਨਹੀਂ ਜਾਣਕਾਰੀ ਹੈ। ਕਾਰਨ ਇਹ ਆ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹ ਆਪਣੇ ਜਿਹੜੇ ਕੌਮ ਦੇ ਸਾਡੇ ਦੇਸ਼ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਸ਼ਹੀਦਾਂ ਨੂੰ ਭੁੱਲ ਚੁੱਕੇ, ਉਹਨਾਂ ਦਾ ਜਿਹੜਾ ਆਪਣਾ ਇਹਨਾਂ ਕੰਮਾਂ ਵੱਲ ਧਿਆਨ ਹੀ ਨਹੀਂ ਰਿਹਾ, ਕਿਉਂਕਿ ਆਪਾਂ ਸਮਝਦੇ ਹਾਂ ਵੀ ਜੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਵੇ ਤਾਂ ਉਸਦਾ ਜਿਹੜਾ ਅੱਗੇ ਜਿਹੜੇ ਉਹਨਾਂ ਦੇ ਅਗਲਾ ਭਵਿੱਖ ਆ ਉਹ ਇਹਨਾਂ ਚੀਜ਼ਾਂ ਤੋਂ ਅਣਜਾਣ ਰਹਿ ਜਾਂਦਾ ਅਤੇ ਉਹਨਾਂ 'ਤੇ ਜਿਹੜੀ ਸਪਿਰਿਟ ਆ ਖਤਮ ਹੋ ਜਾਂਦੀ ਆ। ਜੇ ਆਪਾਂ ਆਪਣੇ ਅਗਲੇ ਬੱਚਿਆਂ ਦੇ ਵਿੱਚ ਆਪਣੇ ਦੇਸ਼ ਪਿਆਰ ਦੀ ਜਾਂ ਆਪਣੇ ਕੌਮ ਦੀ ਇੱਕ ਭਾਵਨਾ ਭਰਨੀ ਆ ਤਾਂ ਉਹਨਾਂ ਨੂੰ ਆਪਣਾ ਜਿਹੜੇ ਸ਼ਹੀਦ ਨੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਾਉਣਾ ਪਊਗਾ। ਇਹ ਇੱਕ ਗਿਣੀ ਮਿੜੀ ਮਿੱਥੀ ਸਾਜਿਸ਼ ਦੇ ਤਹਿਤ ਸਾਨੂੰ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਤੋਂ ਵਿਸਾਰਿਆ ਗਿਆ, ਉਹਨਾਂ ਦੀਆਂ ਕੁਰਬਾਨੀਆਂ ਤੋਂ ਵਿਸਾਰਿਆ ਗਿਆ, ਮਤਲਬ ਸਾਡੇ ਬੱਚਿਆਂ ਨੂੰ ਅੱਗੇ ਦੱਸਿਆ ਹੀ ਨਹੀਂ ਜਾ ਰਿਹਾ ਵੀ ਸਾਡਾ ਜਿਹੜਾ ਸਰਮਾਇਆ ਜਿਹੜੇ ਸਾਡੇ ਸ਼ਹੀਦ ਸੀ ਉਹ ਕੀ ਸੀ, ਕਿਉਂਕਿ ਜੇ ਅਸੀਂ ਉਹਨਾਂ ਤੋਂ ਯਾਦ ਰੱਖਾਂਗੇ ਤਾਂ ਹੀ ਆਪਾਂ ਮਤਲਬ ਅੱਗੇ ਉਹਨਾਂ ਨੂੰ ਉਹਨਾਂ 'ਚ ਉਸ ਜਿਹੜੀ ਭਾਵਨਾ ਭਰ ਸਕਦੇ ਹਾਂ। ਅਤੇ ਮੈਂ ਕਹਿੰਦਾ ਵੀ ਜਿਹੜੀ ਸਾਡੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਸਾਡੇ ਜਿਹੜੇ ਸ਼ਹੀਦ ਸੀ ਇਹਨਾਂ ਦੀ ਬੇਕਦਰੀ ਕੀਤੀ ਆ, ਉਹਨਾਂ ਨੂੰ ਕੁਰਬਾਨੀ ਨੂੰ ਜਿਹੜਾ ਯਾਦ ਨਹੀਂ ਰੱਖਿਆ। ਅਤੇ ਅੱਜ ਜਿਹੜਾ ਪਹਿਲੀ ਵਾਰ ਹੋਇਆ ਭਗਵੰਤ ਮਾਨ ਦੀ ਸਰਕਾਰ ਨੇ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਸ਼ਹੀਦੀ ਅੱਜ ਦਿਵਸ ਬੜੇ ਵੱਡੇ ਲੈਵਲ 'ਤੇ ਮਨਾਇਆ ਜਾ ਰਿਹਾ ਔਰ ਪੰਜਾਬ ਦੇ ਵਿੱਚ ਇਹਦੀ ਛੁੱਟੀ ਕੀਤੀ ਆ, ਤਾਂ ਸਾਨੂੰ ਮਾਣ ਇਸ ਚੀਜ਼ ਦਾ। ਕਿਤੇ ਨਾ ਕਿਤੇ ਜਾ ਕੇ ਜੇ ਦੇਖੀਏ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ, ਕੀ ਤੁਹਾਨੂੰ ਉਹਨਾਂ ਦੇ ਬਾਰੇ ਕੁਝ ਨੌਲੇਜ ਹੈਗੀ ਹੈ? ਉਹ ਕਿਸ ਤਰ੍ਹਾਂ ਕਿੰਨੀ ਕੁ ਉਮਰ ਦੇ ਵਿੱਚ ਸ਼ਹੀਦ ਹੋ ਗਏ ਸੀ ਜਾਂ ਕਿਹੜੀਆਂ ਕਿਹੜੀਆਂ ਕੁਰਬਾਨੀਆਂ, ਕਿੱਥੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ? ਬਿਲਕੁਲ ਜੀ, 15 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਆਪਣਾ ਜਿਹੜਾ ਆਪਣਾ ਜਿਹੜਾ ਘਰ ਬਾਰ ਛੱਡ ਕੇ ਜਿਹੜਾ ਗਦਰ ਲਹਿਰ ਦੇ ਵਿੱਚ ਕੁੱਦ ਪਏ ਸੀ ਉਹ। 15 ਸਾਲ ਉਮਰ ਦੇਖੋ ਅੱਜ ਕੀ ਹੁੰਦੀ ਆ, ਅੱਜ ਦੇ ਆਪਾਂ ਬੱਚੇ ਦੇਖੀਏ 15 ਸਾਲ ਦੀ ਉਮਰ ਦੇ ਵਿੱਚ ਆਪਣਾ ਜਿਹੜਾ ਉਹ ਆਪਣੇ ਬਚਪਨ ਨੂੰ ਜਿਹੜਾ ਮਾਣ ਰਹੇ ਹੁੰਦੇ ਨੇ ਅਤੇ ਉਹਨਾਂ ਨੇ ਆਪਣੇ ਦੇਸ਼ ਦੇ ਖਾਤਰ ਆਪਣੇ ਇੱਕ ਅਹਿਦ ਲੈ ਲਿਆ ਸੀਗਾ ਵੀ ਅਸੀਂ ਇਸ ਦੇਸ਼ ਲਈ ਮਰ ਮਿਟਣਾ ਵਾ, ਔਰ 19 ਸਾਲ ਦੀ ਉਮਰ ਦੇ ਵਿੱਚ ਜਦੋਂ ਸਾਡੇ ਬੱਚੇ ਅੱਜ ਦੇਖ ਰਹੇ ਹਾਂ ਆਪਾਂ 19 ਸਾਲ ਦੀ ਉਮਰ ਦੇ ਵਿੱਚ ਕਿਸ ਲੈਵਲ 'ਤੇ ਅੱਜ ਇੰਜੋਏ ਕਰਦੇ ਨੇ ਆਪਣੀ ਲਾਈਫ ਨੂੰ, ਅਤੇ ਉਹ ਉਹਨਾਂ ਨੇ ਕੁਰਬਾਨੀ ਆਪਣੀ ਜਿਹੜੀ ਫਾਂਸੀ ਦਾ ਜਿਹੜਾ ਫੰਦਾ ਸੀ ਉਹਨੂੰ ਚੁੰਮ ਲਿਆ ਸੀ, ਤਾਂ ਉਹ ਇਹ ਤੁਹਾਡੀ ਜਿਹੜੀ ਗੱਲ ਬਿਲਕੁਲ ਸਹੀ ਆ ਵੀ ਜਿਹੜਾ ਲੋਕਾਂ ਨੂੰ ਘੱਟ ਨੌਲੇਜ ਆ, ਨੌਲੇਜ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਸਾਨੂੰ ਜਿਹੜਾ ਸਾਡੇ ਇਤਿਹਾਸ ਤੋਂ ਦੂਰ ਕੀਤਾ ਗਿਆ ਇੱਕ ਸਾਜਿਸ਼ ਦੇ ਤਹਿਤ ਕੀਤਾ ਗਿਆ। ਅਤੇ ਬਹੁਤ ਵੱਡੇ ਇੱਕ ਵਿਦਵਾਨ ਵੀ ਸੀ ਉਹ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ, ਅਤੇ ਸਾਨੂੰ ਇਹ ਬਿਲਕੁਲ ਧਿਆਨ ਦੇਣ ਦੀ ਲੋੜ ਆ ਸਰਕਾਰਾਂ ਨੂੰ ਅੱਗੇ, ਉਹਨਾਂ ਨੂੰ ਉਹਨਾਂ ਦਾ ਜਿਹੜਾ ਇਤਿਹਾਸ ਸੀ ਉਹਦੇ ਬਾਰੇ ਲੋਕਾਂ ਨੂੰ ਦੱਸਣ ਦੀ ਲੋੜ ਹੈ। ਕਿਤੇ ਨਾ ਕਿਤੇ ਜਾ ਕੇ ਲੋਕ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ, ਨਹੀਂ ਯਾਦ ਕਰਵਾਈਆਂ ਜਾਂਦੀਆਂ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਵਜ੍ਹਾ ਕਰਕੇ ਲੋਕਾਂ ਨੂੰ ਕਿ ਤਾਂ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਜਾਣ ਸਕਣ ਕਿ ਸਾਡੇ ਦੇਸ਼ ਦੇ ਲਈ ਕਿਹੜੀਆਂ ਕਿਹੜੀਆਂ ਕੁਰਬਾਨੀਆਂ, ਕਿਹੜੇ ਕਿਹੜੇ
ਜਿਹੜੇ ਹੋਏ ਨੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉਹਨਾਂ ਨੂੰ ਉਹ ਜਾਣੂ ਹੋ ਸਕਣ, ਇਸ ਵਜ੍ਹਾ ਕਰਕੇ ਅਜਿਹੇ ਜਿਹੜੇ ਉਪਰਾਲੇ ਨੇ ਕੀਤੇ ਜਾ ਰਹੇ ਬਿਲਕੁਲ ਨੇ। ਤਾਂ ਇਹੀ ਇੱਕ ਮਕਸਦ ਆ ਜੀ, ਜਿਹੜਾ ਸਾਡਾ ਜਿਹੜੇ ਸਾਡੇ ਸਰਮਾਇਆ ਨੇ ਸਾਡੇ ਕੌਮ ਦੇ, ਸਾਡੇ ਜਿਹੜੇ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਦੇਸ਼ ਦੇ ਲਈ, ਆਜ਼ਾਦੀ ਦੇ ਲਈ, ਵੀ ਸਾਡੇ ਬੱਚੇ ਉਹਨਾਂ ਨੂੰ ਯਾਦ ਰੱਖ ਸਕਣ, ਇਸੇ ਦੇ ਤਹਿਤ ਅੱਜ ਛੁੱਟੀ ਕੀਤੀ ਗਈ ਆ। ਔਰ ਮੈਂ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਅੱਜ ਸਵੇਰੇ ਮੇਰੇ ਖਿਆਲ ਦੇ ਵਿੱਚ 6 ਜਾਂ 7 ਵਜੇ ਸੀਐਮ ਭਗਵੰਤ ਮਾਨ ਉਹਨਾਂ ਦੇ ਕਰਤਾਰ ਸਿੰਘ ਸਰਾਭਾ ਦੇ ਜਿਹੜੇ ਪਿੰਡ ਦੇ ਵਿੱਚ ਉੱਥੇ ਮੌਜੂਦ ਸੀ, ਔਰ ਬੜਾ ਵਧੀਆ ਉੱਥੇ ਜਿਹੜਾ ਪ੍ਰੋਗਰਾਮ ਅੱਜ ਜਿਹੜਾ ਰਾਜ ਪੱਧਰੀ ਪ੍ਰੋਗਰਾਮ ਚੱਲ ਰਿਹਾ, ਤਾਂ ਬੜਾ ਵੱਡਾ ਇੱਕ ਹੁਲਾਰਾ ਮਿਲੂਗਾ ਇਸ ਚੀਜ਼ ਨੂੰ, ਲੋਕਾਂ ਨੂੰ ਜਿਹੜਾ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦਾ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਭੁਪਿੰਦਰ ਸਿੰਘ ਜੀ ਨਾਮ। ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਕੀ ਤੁਹਾਨੂੰ ਪਤਾ ਹੈ ਛੁੱਟੀ ਕਿਸ ਵਜ੍ਹਾ ਕਰਕੇ ਕੀਤੀ ਗਈ? ਅੱਜ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਜੋ 16 ਨਵੰਬਰ ਨੂੰ ਹੁੰਦਾ ਹੈ, ਉਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ, ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਰੁਤਬਾ ਹਾਸਲ ਕੀਤਾ। ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਅੱਜ ਛੁੱਟੀ ਦਾ ਐਲਾਨ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਵੀ ਉਹਨਾਂ ਦੇ ਸ਼ਹੀਦੀ ਦਿਵਸ ਤੇ ਵੀ ਛੁੱਟੀ ਦਾ ਐਲਾਨ ਹੋਇਆ ਹੈ। ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਇਹ ਚੀਜ਼ਾਂ ਯਾਦ ਹੈਗੀਆਂ, ਕਿ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਕਿ ਅੱਜ ਦੇ ਦਿਨ ਕੀ ਹੋਇਆ ਸੀ? ਕਿੰਨੇ ਕੁ ਬੱਚਿਆਂ ਨੂੰ ਪਤਾ ਹੋਊਗਾ ਜਾਂ ਨਹੀਂ ਪਤਾ ਹੋਊਗਾ ਇਸ ਚੀਜ਼ ਦਾ? ਅੱਜ ਕੱਲ੍ਹ ਦੇ ਬਹੁਤ ਘੱਟ ਜਾਣਿਆਂ ਨੂੰ ਪਤਾ ਜੀ, ਕਿਸੇ ਨੂੰ ਕੁਛ ਨਹੀਂ ਪਤਾ। ਸਕੂਲਾਂ ਦੇ ਵਿੱਚ ਵੀ ਕੁਛ ਨਹੀਂ ਕਰਾਇਆ ਜਾਂਦਾ ਇਸ ਤਰ੍ਹਾਂ। CBSE ਵਾਲੇ ਵੀ ਆਪਣੇ ਹੀ ਕਰ ਰਹੇ ਨੇ ਅੱਜ ਕੱਲ੍ਹ, ਤੇ ਮੈਂ ਤਾਂ ਇਹੀ ਚਾਹੁੰਦਾ ਵੀ ਸਰਕਾਰ ਅੱਗੇ ਵੀ ਇਹੀ ਅਪੀਲ ਆ ਕਿ ਇਹ ਚੈਪਟਰ 1 ਹਾਸਲ ਕੀਤਾ ਜਾਵੇ ਸ਼ਹੀਦਾਂ ਦਾ, ਵੀ ਉਹਨਾਂ ਨੇ ਆਪਣੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ, ਵੀ ਆਪਣਾ ਵੀ ਕੁਛ ਫਰਜ਼ ਬਣਦਾ ਵੀ ਉਹਨਾਂ ਬਾਰੇ ਕੋਈ ਸਟੱਡੀ ਕਰੀਏ ਜਾਂ ਉਹਨਾਂ ਦਾ ਕੁਛ ਆਵੇ ਵਿੱਚ। ਤਾਂ ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ ਹੈ ਜਿਹੜੀ ਅੱਜ ਛੁੱਟੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਕਿ ਲੋਕ ਉਸ ਚੀਜ਼ ਤੋਂ ਕਿੰਨੇ ਕੁ ਜਾਣੂ ਨੇ। ਲੋਕਾਂ ਦਾ ਇਹ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਸਕੂਲਾਂ ਦੇ ਵਿੱਚ ਵੀ ਨਹੀਂ ਦੱਸੀਆਂ ਜਾਂਦੀਆਂ, ਪਰ ਅੱਜ ਦਾ ਜਿਹੜਾ ਦਿਹਾੜਾ ਹੈ, ਸ਼ਹੀਦ ਹੋਏ ਸੀਗੇ ਕਰਤਾਰ ਸਿੰਘ ਸਰਾਭਾ ਹੁਣੀ, ਜਿਹੜੇ ਕਿ ਛੋਟੀ ਜਿਹੀ ਉਮਰ ਦੇ ਵਿੱਚ ਬੜੀ ਉੱਚ ਸਿੱਖਿਆ ਲੈ ਕੇ ਅਮਰੀਕਾ ਤੋਂ ਪਰਤੇ ਸੀਗੇ, ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਜਾ ਕੇ ਪੜ੍ਹਾਈ ਕੀਤੀ ਸੀਗੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈ ਸਜ਼ਾ ਕਰ ਦਿੱਤੀ ਗਈ ਸੀ, ਜੇਲ੍ਹ ਦੇ ਵਿੱਚ ਕਰ ਦਿੱਤਾ ਗਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਹੈ ਜਿਹੜੀ ਪ੍ਰਾਪਤ ਕਰ ਲਿੱਤੀ ਸੀ, ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਦੇਸ਼ ਦੇ ਲਈ ਕੁਰਬਾਨੀ ਦਿੱਤੀ ਸੀਗੀ ਛੋਟੀ ਜਿਹੀ ਉਮਰ ਦੇ ਵਿੱਚ। ਤੇ ਜੇ ਦੇਖੀਏ ਤਾਂ ਭਗਵੰਤ ਸਿੰਘ ਮਾਨ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ, ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗੇ, ਲੋਕ ਇਸ ਚੀਜ਼ ਤੋਂ ਜਾਣੂ ਹੋਣ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਕੈਮਰਾਮੈਨ ਸੌਰਵ ਦੇ ਨਾਲ ਦੀਪਕ ਚਾਨਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।